ਸੋ ਹੈ ਗਾਈਸ, ਕੀ ਹਾਲ ਚਾਲ ਹੈ? ਸਾਡੇ ਤੋਂ ਫਿਰ ਸਾਰੇ ਵਧੀਆ ਹੋਵੋਗੇ। ਬੇ ਰਿੱਕੀ ਬਾਈ ਦਾ ਜੀ ਟਰੈਕ ਹੈ ਬੇ, ਯਾਨੀ ਕਿ ਲਾਈਕ ਗਰਲਫ੍ਰੈਂਡ ਨੂੰ ਕਹਿ ਦਿੰਦੇ ਹਾਂ, ਬੇ ਲਵਡ ਵਨ ਨੂੰ ਕਹਿ ਦਿੰਦੇ ਹਾਂ, ਜਿਹੜਾ ਤੁਹਾਡਾ ਪਾਰਟਨਰ ਹੁੰਦਾ, ਠੀਕ ਹੈ, ਚਾਹੇ ਉਹ ਮੇਲ ਫੀਮੇਲ ਕੁਛ ਵੀ ਹੋ ਸਕਦਾ, ਮਾ ਬੇ ਉਸ ਤਰੀਕੇ ਨਾਲ। ਮਿਊਜ਼ਿਕ ਸਪੈਲਿੰਗ ਬੋਲਦਾ ਨਾ ਮੈਂ, QUASXR, ਕੁਆਸਰ ਹੋ ਸਕਦਾ, ਆਈ ਡੋਂਟ ਨੋ, ਕਈ ਵਾਰ ਪ੍ਰੋਨਾਸੀਏਸ਼ਨ ਖਰਾਬ ਹੋ ਜਾਂਦੀ, ਜੇ ਗੱਲ ਅੱਜ ਇੱਕ ਤਾਂ ਐਕਸ ਹਰ ਜਗ੍ਹਾ 'ਤੇ ਲਾ ਦਿੰਦੇ ਨਾ ਤਾਂ ਸਮਝ ਨਹੀਂ ਆਉਂਦਾ। ਮਿਕਸ ਮਾਸਟਰ ਵੀ ਉਹੀ ਇਸ serban.wave ਹੈ ਜਾਂ ਪਤਾ ਨਹੀਂ SXRBN.wave ਹੈ, ਠੀਕ ਹੈ, ਵਿਜੂਅਲਸ VJ, ਲੈਟਸ ਚੈੱਕ ਇਟ ਆਊਟ। ਆ ਬ੍ਰੋ ਇਜ਼ ਸਮਾਰਟ ਹੈ ਨਾ, ਰਿੱਕੀ ਸੋਹਣਾ ਲੱਗ ਰਿਹਾ, ਘੈਂਟ ਐਨਕਾ ਉਣਕਾ, ਨਾਈਸ ਹੈ, ਨਾਈਸ ਕਟਿੰਗ। ਇੱਕ ਜਮਾ ਹੀ ਚਿੱਲ ਜਿਹਾ ਮੁੰਡਾ ਦੇਖਣ 'ਚ, ਇੰਨਾ ਯੰਕੀ ਲੱਗਣ ਵਾਲਾ ਬੰਦਾ, ਇੰਨੀ ਠੇਠ, ਥੋੜ੍ਹੀ ਲਾਈਕ ਦੇਸੀ ਟੱਚ ਵੋਕਲ ਨਹੀਂ ਹੁੰਦੀ, ਉੱਦਾਂ ਦੀ ਫੀਲ ਆਈ ਜਮਾ। ਹੋਰ ਸੁਣਿਓ, ਬਥੇਰੀਆਂ ਦੇ ਖਿਆਲਾਂ ਵਿੱਚ ਡੇਰਾ ਯਾਰ ਦਾ, ਚੁੱਲ੍ਹੇ ਉੱਤੇ ਚਾਰ ਯਾਰ ਦਾ ਸਵਾਲ ਆ ਗਿਆ। ਬਥੇਰੀਆਂ ਦੇ ਖਿਆਲਾਂ ਵਿੱਚ ਡੇਰਾ ਯਾਰ ਦਾ, ਚੁੱਲ੍ਹੇ ਉੱਤੇ ਚਾਰ ਅੱਖ ਪੁੱਲੀ ਫਿਰਦੀਆਂ, ਮੱਖਣ ਮਲਾਈ ਜਿਹੀਆਂ ਯਹਿੰਕਣਾ ਓਰੇ, ਜੱਟਾਂ ਉੱਤੇ ਪਾਣੀ ਵਾਂਗੂ ਢੁੱਲੀ ਫਿਰਦੀਆਂ। ਬਥੇਰੀਆਂ ਦੇ ਖਿਆਲਾਂ ਵਿੱਚ ਡੇਰਾ ਯਾਰ ਦਾ, ਚੁੱਲ੍ਹੇ ਉੱਤੇ ਚਾਰ ਅੱਖ ਪੁੱਲੀ ਫਿਰਦੀਆਂ, ਮੱਖਣ ਮਲਾਈ ਜਿਹੀਆਂ ਯਹਿੰਕਣਾ ਓਰੇ, ਜੱਟਾਂ ਉੱਤੇ ਪਾਣੀ ਵਾਂਗੂ ਢੁੱਲੀ ਫਿਰਦੀਆਂ। ਪਰਫੈਕਟ ਵੋਲਿਊਮ ਲੈਵਲਸ, ਪਰਫੈਕਟ ਵੋਲਿਊਮ ਲੈਵਲ, ਸੱਚੀ ਮਿਕਸ ਮਾਸਟਰ ਵਾਲੇ ਬਾਈ ਨੇ ਬਹੁਤ ਸੋਹਣੇ ਵੋਲਿਊਮ ਲੈਵਲਸ ਰੱਖੇ ਆ ਗਾਣੇ ਦੇ। ਨਹੀਂ ਤਾਂ ਮੈਂ ਦੇਖਿਆ ਅੱਜ ਕੱਲ੍ਹ ਤਾਂ ਕਲੈਪ ਦੀ ਸਾਊਂਡ ਇੰਨੀ ਤਿੱਖੀ ਰੱਖੀ ਹੁੰਦੀ, ਜਿਵੇਂ ਪਤਾ ਨਹੀਂ ਕਿ ਕਿਹੋ ਜਿਹੇ ਸਟੂਡੀਓ ਮੋਨੀਟਰਸ ਰੱਖੇ ਹੋਏ, ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ। ਕਹਿੰਦੀ ਦਿਲ ਉੱਤੇ ਚੱਲਦਾ ਨਾ ਜ਼ੋਰ, ਗੱਲਾਂ ਕਰਦੀ ਸੀ ਥੋੜੀਆਂ ਹੋਰ, ਗੱਲ ਕਰਦੀ ਨੂੰ ਗੱਲ ਨਾ ਕੋਈ ਆਵੇ ਜੀ, ਨਾਰਾ ਫੀਲ ਕਰਦੀਆਂ ਕਮਜ਼ੋਰ, ਨਾ ਕਦੇ ਡੋਲਦੇ ਨਾ ਕਦੇ ਸੰਗ ਦੇ, ਤੁਰ ਜਾਂਦੇ ਨੂੰ ਅਸੂਲੀ ਉੱਤੇ ਟੰਗ ਦੇ, ਗੱਲ ਅੱਜ ਦੀ ਜਾਂ ਗੱਲ ਕੱਲ ਦੀ, ਦਿਲ ਭੇਜਦੀਆਂ ਅੱਡ ਅੱਡ ਰੰਗ ਦੇ। ਬ੍ਰੋ ਨੋਜ਼ ਹਾਊ ਟੂ ਮੋਡੂਲੇਟ ਹਿਸ ਵੋਕਲ ਅਕੋਰਡਿੰਗ ਟੂ ਦਾ ਲਾਈਨ, ਅਕੋਰਡਿੰਗ ਟੂ ਦਾ ਕੰਪੋਜੀਸ਼ਨ। ਭਰਾਵਾ ਸਵਾਦ ਲਿਆ ਤਾ ਯਾਰ, ਮੈਂ ਬੜੇ ਟਾਈਮ ਬਾਅਦ ਇੰਨਾ ਇੱਕ ਕ੍ਰੇਜ਼ੀ ਜਿਹਾ ਟਰੈਕ ਸੁਣਿਆ ਸੱਚੀ, ਕਿਉਂਕਿ ਲਿਰਿਕਸ ਤਾਂ ਆਲਰੇਡੀ ਘੈਂਟ ਆ, ਬਟ ਵੋਕਲ ਤਾਂ ਤੁਸੀਂ ਜਿਸ ਤਰੀਕੇ ਨਾਲ ਵਰਕ ਕਰ ਰਹੇ ਹੋ, ਅਤੇ ਵੋਕਲ ਜਿਸ ਤਰੀਕੇ ਨਾਲ ਤੁਹਾਡੀ ਮੂਵ ਕਰ ਰਹੀ ਆ ਯਾਰ ਕੰਪੋਜੀਸ਼ਨ ਨਾਲ, ਹਰ ਇੱਕ ਲਾਈਨ 'ਚ ਇੱਕ ਡਿਫਰੈਂਟ ਤਰੀਕੇ ਦੀ ਉਹਦੇ 'ਚ ਕੀ ਕਹਿ ਸਕਦੇ ਆ, ਕੋਈ ਉਤਾਰ ਚੜਾਵ ਨੇ, ਬਹੁਤ ਸਵਾਦ ਯਾਰ, ਕਿਆ ਹੋਣਾ। ਸਾਡੇ ਵੱਲ ਗੇੜਾ ਗੂੜਾ ਮਾਰ ਜੋ ਕਦੇ, ਉੜੀਕਦੀਆਂ ਬੈਠੀਆਂ ਓ ਬੜੇ ਚਿਰ ਦੀਆਂ, ਬਥੇਰੀਆਂ ਦੇ ਖਿਆਲਾਂ ਵਿੱਚ ਡੇਰਾ ਯਾਰ ਦਾ, ਚੁੱਲ੍ਹੇ ਉੱਤੇ ਚਾਰ ਅੱਖ ਪੁੱਲੀ ਫਿਰਦੀਆਂ, ਮੱਖਣ ਮਲਾਈ ਜਿਹੀਆਂ ਯਹਿੰਕਣਾ ਓਰੇ, ਜੱਟਾਂ ਉੱਤੇ ਪਾਣੀ ਵਾਂਗੂ ਡੁੱਲੀ ਫਿਰਦੀਆਂ। ਬਥੇਰੀਆਂ ਦੇ ਖਿਆਲਾਂ ਵਿੱਚ ਡੇਰਾ ਯਾਰ ਦਾ, ਚੁੱਲ੍ਹੇ ਉੱਤੇ ਚਾਰ ਅੱਖ ਪੁੱਲੀ ਫਿਰਦੀਆਂ, ਮੱਖਣ ਮਲਾਈ ਜਿਹੀਆਂ ਯਹਿੰਕਣਾ ਓਰੇ, ਜੱਟਾਂ ਉੱਤੇ ਪਾਣੀ ਵਾਂਗੂ। ਯਾਰ ਸ਼ੇਅਰ ਕਰੋ ਭਾਈ, ਆਹ ਗਾਣਾ ਤਾਂ ਵਾਇਰਲ ਚਾਹੀਦਾ ਮੈਨ, ਲਿਟਰਲੀ। ਕਿੱਕ ਨਾਲ ਜਿਹੜੀ ਥੱਲੇ ਬੇਸ ਲਾਈਨ ਚੱਲ ਰਹੀ ਆ ਨਾ, ਇਟਸ ਸੋ ਗੁੱਡ, ਮਤਲਬ ਚੱਲਦੇ 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 ਕਿਤੇ
ਬਹਿ ਕੇ ਰੀਸਾਂ ਕਰਦੇ ਆ ਮੁੰਡੇ ਮੇਰੇ ਹਾਣ ਦੇ ਕੋਸ਼ਾਂ ਨੇ ਕਹੀ ਉਹ ਤਾਂ ਕਰਦੇ ਆ ਠੀਕ ਕਿੱਦਾਂ ਬਣਨਾ ਆ ਲੀਟ ਨਹੀਂ ਉਹ ਜਾਣਦੇ ਉਹ ਕੰਮ ਖਿੱਚ ਕੇ ਉਹ ਪੂਰਾ ਰੱਖਦੇ ਐਵੇਂ ਦੁਨੀਆਂ ਦੇ ਆਖੇ ਨਹੀਂ ਉਹ ਲੱਗਦੇ ਕੋਈ ਬਣ ਕੇ ਕਿਵੇਂ ਰੱਖ ਲੂੰ ਅਸੀਂ ਹਵਾ ਦੇ ਆ ਬੁੱਲੇ ਰਹਿੰਦੇ ਵਗਦੇ ਬਣ ਚੱਲੇ ਹਾਏ ਮੁੰਡਾ ਵੱਡਾ ਕਲਾਕਾਰ ਉਹ ਵੀ ਜਾਣਦੀਆਂ ਤਾਂ ਹੀ ਸੱਜ ਸੱਜ ਮਿਲਦੀਆਂ ਬਥੇਰੀਆਂ ਦੇ ਖਿਆਲਾਂ ਵਿੱਚ ਡੇਰਾ ਯਾਰ ਦਾ ਜੇ ਇਹ ਮੁੰਡਾ ਇੱਦਾਂ ਹੀ ਗਾਉਂਦਾ ਰਿਹਾ ਲਿਟਰਲੀ ਇਹਦੀ ਵੋਕਲ ਟੋਨਸ ਇੱਦਾਂ ਹੀ ਰਹੀਆਂ ਇੱਦਾਂ ਹੀ ਚੱਕ ਕੇ ਕੰਮ ਰੱਖਿਆ ਪੂਰਾ ਸਹੀ ਤਰੀਕੇ ਨਾਲ ਤਾਂ ਗੁੱਡ ਗੁੱਡ ਆਰਟਿਸਟਾਂ ਵਿੱਚ ਨੇਮ ਆਉਣ 'ਚ ਟਾਈਮ ਨਹੀਂ ਲੱਗੂਗਾ ਰਿੱਕੀ ਵਜਾ ਨਾਈਸ ਮਿਊਜ਼ਿਕ ਆਲਸੋ ਆਪਾਂ ਇਹ ਚੀਜ਼ ਕਿਵੇਂ ਭੁੱਲ ਸਕਦੇ ਹਾਂ ਲਾਈਕ ਵੋਕਲ ਨੂੰ ਇੰਨਾ ਸਹੀ ਬੈਕ ਦੇਣਾ ਵੋਕਲ ਦੀ ਜੋ ਜਿਹੜੀ ਕੰਪੋਜੀਸ਼ਨ ਉਹਨੂੰ ਇੰਨਾ ਸਹੀ ਬੈਕ ਦੇਣਾ ਮਿਊਜ਼ਿਕ ਦੇ ਨਾਲ ਇਜ਼ ਨੋਟ ਆਲਸੋ ਈਜ਼ੀ ਟਾਸਕ ਹੈ ਨਾ ਸੋ ਕੁਆਸਰ ਬਾਈ ਆਈ ਥਿੰਕ ਬਾਈ ਬਹੁਤ ਵਧੀਆ ਕੰਮ ਹੈ ਗੁੱਡ ਯਾਰ ਖਿੱਚ ਕੇ ਰੱਖੋ ਕੰਮ ਬਹੁਤ ਸੋਹਣਾ ਕੰਮ ਕੀਤਾ ਤੁਹਾਡੀ ਟੀਮ ਨੇ ਸਾਰੀ ਨੇ ਯਾਰ ਜੇ ਵੀਡੀਓ ਬਣਾਤੀ ਹੁੰਦੀ ਹੋਰ ਤੁਹਾਡਾ ਜਿਹੜਾ ਜੀ ਯਾਰ ਜਿਵੇਂ ਦਾ ਮਤਲਬ ਮਿਊਜ਼ਿਕ ਹੁੰਦੇ ਹੁੰਦੇ ਸੀ ਨਾ ਪਹਿਲਾਂ ਬੀਟਾਂ ਹੁੰਦੀਆਂ ਸੀ ਡਿਫਰੈਂਟ ਜਿਹੇ ਤਰੀਕੇ ਦਾ ਜਿਵੇਂ ਇਮਰਾਨ ਖਾਨ ਹੋਰੀ ਕਰਦੇ ਹੁੰਦੇ ਸੀ ਕੰਮ ਪਹਿਲਾਂ ਉਹ ਡਿਫਰੈਂਟ ਜਿਹੀਆਂ ਬੀਟਾਂ ਉਹ ਮੈਨੂੰ ਇਹਨਾਂ ਮੁੰਡਿਆਂ ਦੇ ਵਿੱਚ ਦਿਖਦੀਆਂ ਜਿਹੜੇ ਮੁੰਡੇ ਅਜੇ ਲਾਈਕ ਆਪਾਂ ਜਿਹਨਾਂ ਨੂੰ ਕਹਿ ਦਿੰਦੇ ਹਾਂ ਕਿ ਲਾਈਕ ਨੋਟ ਅ ਬਿਗ ਆਰਟਿਸਟ ਅਜੇ ਨਵੇਂ ਆਏ ਨੇ ਬਿਲਕੁਲ ਉਹ ਉੱਦਾਂ ਦਾ ਕੁਛ ਨਵਾਂ ਕ੍ਰਿਸਪ ਜਾਂ ਡਿਫਰੈਂਟ ਟਾਈਪ ਦਾ ਕੁਛ ਲੈ ਕੇ ਆ ਰਹੇ ਜਿਹੜੇ ਵੱਡੇ ਆਰਟਿਸਟ ਨੇ ਉਹ ਤਾਂ ਯਾਰ ਆਲਮੋਸਟ ਸੇਮ ਟੋਨਸ ਜਾਂ ਕੁਝ ਬਾਹਲਾ ਹੀ ਕਮਰਸ਼ੀਅਲ ਜਾਂ ਉਹਨਾਂ ਦਾ ਡਿਫਰੈਂਟ ਟਾਈਪ ਦਾ ਕੰਮ ਹੁੰਦਾ ਬਟ ਦੇਖੋ ਯਾਰ ਗਾਣਾ ਸੁਣਦੇ ਸਾਰੀਆਂ ਬੈਠ ਗਿਆ ਅੰਦਰ ਅੰਦਰ ਚਲਾ ਗਿਆ ਉਹ ਚੀਜ਼ ਚਾਹੀਦੀ ਆ ਯਾਰ ਕਿੱਥੇ ਇਹ ਚੀਜ਼ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਕਿਉਂ ਲਾਈਕ ਇੰਨਾ ਸੂਦਿੰਗ ਜਿਹਾ ਟਰੈਕ ਇੰਨਾ ਪਿਆਰਾ ਗਾਣਾ ਚੈੱਕ ਇਟ ਆਊਟ ਗਾਇਜ਼ ਸਪੋਰਟ ਕਰੋ ਯਾਰ ਬੰਦਾ ਦੇਖੋ ਸੀ ਕਿੰਨਾ ਸੋਹਣਾ ਕੰਮ ਕਰ ਰਿਹਾ ਸਤਿ ਸ਼੍ਰੀ ਅਕਾਲ